सर देखो 6 दिन हो गए ਤੁਸੀਂ ਉਹਨਾਂ ਦੇ ਅਭੀ ਬੰਦਾ ਬੜੇ ਸਲੇ ਕਿਹੜਾ ਪਿੰਡ ਹੈ ਜੀ ਵੀਜਾ ਪਿੰਡ ਹੈ ਜੀ ਮੇਰਾ ਕੀ ਆ ਮਾਮਲਾ ਹੈਗਾ ਵਾ ਜੋ ਜ਼ਮੀਨ ਦਾ ਵਾ ਮਾਮਲਾ ਜੀ ਮੈਂ ਠੇਕੇ ਤੇ ਪੈਲੀ ਲਈ ਆ 5 ਲੱਖ ਰੁਪਏ ਦਾ ਹਾਵਣਾ ਤੇ ਇਹ ਮੈਂ ਲਾਲੇ ਕੋ ਚੁੱਕ ਕੇ ਵਿਆਜੀ ਪੈਸੇ ਲੈਣਾ ਲਈ ਇਹ ਪੈਲੀ ਇਹ ਤੇ 6 ਲੱਖ ਰੁਪਿਆ ਉੱਥੇ ਵਿਆਜ ਵੀ ਮਿਲਦਾ ਜਾਨ ਕੀ 5 ਲੱਖ ਕਿੱਥੋਂ ਲਈ ਇਹ ਪੈਲੀ ਇਹ ਠੇਕੇ ਤੇ ਪੰਚਾਇਤ ਕੋਲ ਜੀ ਕਿੱਥੋਂ ਦੀ ਪੰਚਾਇਤ ਬੀਜੇਪੀ ਲੈ ਦੀ ਤੇ ਜ਼ਮੀਨ ਕਿੱਥੋਂ ਦੀ ਆ ਬੀਜੇਪੀ ਪਿੰਡ ਦੀ ਆ ਅੱਛਾ ਬਿਲਾ ਕੋਠੀ ਪੈਲੀ ਆ ਜੀ ਇਹ ਤੇ ਇਹ ਦੂਜੀ ਪਾਰਟੀ ਜਿਹੜੀ ਆ ਜੀ ਇਹ ਕਬਜ਼ਾ ਕਰ ਲਿਆ ਉਹਨਾਂ ਨੇ ਇਹ ਮੈਨੂੰ ਹੁਣ ਸਾਫ਼ ਨਹੀਂ ਕਿਹੜਾ ਕਬਜ਼ਾ ਕਰ ਲਿਆ ਤੁਸੀਂ ਇਹ ਕਿੱਥੋਂ ਦੀ 13 ਤਰੀਕ 6ਵੇਂ ਮਹੀਨੇ ਚਲੀ ਪੈਣੀ ਜੀ ਤੇ 5 ਲੱਖ ਚ ਪੈਲੀ ਲਈ ਹੈ ਕਿੰਨੀ ਸੀਗੀ ਇਹ 31.5 ਕਿੱਲੇ ਵੀਡੀਓ ਦੇ ਡੀਡੀ ਤੇ ਉਹ ਕਬਜ਼ਾ ਨਹੀਂ ਤੁਹਾਨੂੰ ਦਵਾ ਕੇ ਕਬਜ਼ਾ ਨਹੀਂ ਦਵਾਇਆ ਆ ਵੀਡੀਓ ਹੈਗੀ ਆ ਜੀ ਬੋਲੀ ਦੀ ਸਾਡੇ ਕੋਲ ਦਿਖਾਓ ਜੀ ਆ ਦੇਖੋ ਸਾਨੂੰ ਇਨਸਾਫ਼ ਦਵਾਇਆ ਜਾਵੇ ਇਸ ਤੇ ਸਾਰਾ ਪ੍ਰਸ਼ਾਸਨ ਸਾਰਿਆਂ ਦੇ ਧੱਕੇ ਖਾ ਕੇ ਅਸੀਂ ਹਟ ਚੁੱਕੇ ਆ ਜੀ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਇਹਦੇ ਤੇ ਬਕਾਇਦਾ 145 ਧਾਰਾ ਲੱਗੀ ਆ ਇਹਦੇ ਬਾਵਜੂਦ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਔਰ ਸ਼ਰਿਆਮ ਝੋਨਾ ਵੱਡਿਆ ਦਿਨ ਦਿਹਾੜੇ ਅਸੀਂ ਕੋਤਵਾਲੀ ਵੀ ਗਏ ਅਸੀਂ ਧੱਕੇ ਖਾਦੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਦੇ ਬੰਦੇ ਦੇ ਉੱਤੇ ਪਰਚੇ ਹੋਣ ਫਿਰ ਸਾਡਾ ਝੋਨਾ ਤੁਹਾਡਾ ਬੀਜਿਆ ਹੋਇਆ ਸੀ ਝੋਨਾ ਉਹਨਾਂ ਨੇ ਬੀਜਿਆ ਧੱਕੇ ਨਾਲ ਗੁੰਡਾਗਰਦੀ ਨਾਲ ਬੀਜਿਆ ਜੀ ਅੱਛਾ ਅਸੀਂ ਹਰ ਜਗ੍ਹਾ ਡੀਸੀ ਦੇ ਅਸੀਂ ਦਰਖਾਸਤਾਂ ਦਿੱਤੀਆਂ ਜੀ ਐਸਡੀਐਮ ਸਾਹਿਬ ਦੇ ਅਸੀਂ ਦਿੱਤੀਆਂ ਅਖੀਰ ਐਂਡ ਦੇ ਆਣ ਕੇ ਮੰਤਰੀ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਲਿਖ ਕੇ ਔਰ ਫੋਨ ਕਰਕੇ ਫਿਰ ਇਹਨਾਂ 145 ਧਾਰਾ ਲਾਈ ਅਦਰਵਾਈਜ਼ ਸਾਡੀ ਕਿਤੇ ਸੁਣਵਾਈ ਪਰ ਇੱਥੇ ਜਦੋਂ ਨਵੀਂ ਸਰਕਾਰ ਬਣੀ ਆ ਭਗਵੰਤ ਸਿੰਘ ਮਾਨ ਨੇ ਕਿਹਾ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜੀ ਬੋਲੀ ਹੋਊਗੀ ਜਿੰਨੇ ਬੋਲੀ ਦੇਊਗਾ ਉਹਨੂੰ ਜ਼ਮੀਨ ਦਿੱਤੀ ਜਾਊਗੀ ਪਰ ਇੱਥੇ ਡੀਸੀ ਸਾਹਿਬ ਨੇ ਤੁਹਾਨੂੰ ਕਿਉਂ ਨਹੀਂ ਦਵਾਈ ਜ਼ਮੀਨ ਕੋਈ ਕਬਜ਼ਾ ਨਹੀਂ ਦਵਾਇਆ ਜੀ ਪੰਚਾਇਤ ਸ਼ਰਿਆਮ ਕੋਲ ਖੜੀ ਹੈ ਜੀ ਸਰਪੰਚ ਸਾਹਿਬ ਨੂੰ ਪੁੱਛ ਲਓ ਕਿਸੇ ਨੇ ਕਬਜ਼ਾ ਨਹੀਂ ਦਵਾਇਆ ਪੋਲੀਟੀਕਲ ਦਬਾਅ ਤਾਂ ਨਹੀਂ ਇਹ ਹੁਣ ਸਾਨੂੰ ਨਹੀਂ ਪਤਾ ਜੀ ਉਹ ਕਿੱਦਾਂ ਗੁੰਡਾਗਰਦੀ ਕਰਦੇ ਆ ਕੀ ਕਰ ਰਹੇ ਆ ਜੀ ਮਗਰ ਉਹਨੇ ਬੜੀ ਸਰਪੰਚ ਹੈ ਸੁਖਵਿੰਦਰ ਕੌਰ ਮੈਂ ਉਹਦਾ ਪਤੀ ਹਾਂ ਜਗਤਾਰ ਸਿੰਘ ਮੇਰਾ ਨਾਮ ਪਿੰਡ ਪੀਲਾ ਸ਼ਾਮਲ ਪੰਚਾਇਤ ਬੀਜਾ ਸਰਪੰਚ ਸਾਹਿਬ ਦੀ ਨੌਲੇਜ ਵਿੱਚ ਹੈ ਜੋ ਮਾਮਲਾ ਹੈਗਾ ਵਾ ਜ਼ਮੀਨ ਦਾ ਜੀ ਜੀ ਸਰਪੰਚ ਸਾਹਿਬ ਤੁਸੀਂ ਤਾਂ ਉਹਨਾਂ ਨੂੰ ਪਹਿਲੀ ਦਵਾ ਸਕਦੇ ਪਰ ਇਹਦਾ ਤੁਹਾਡੇ ਨੇ ਧੱਕਾ ਹੋ ਗਿਆ ਇਸ ਤਰ੍ਹਾਂ ਜੀ ਲੋਕਾਂ ਦਾ ਧੱਕੇ ਕਰਨੇ ਤਾਂ ਤੁਹਾਡੇ ਨੇ ਧੱਕਾ ਹੋ ਗਿਆ ਵੀਡੀਓ ਸਾਹਿਬ ਦੀ ਹਾਜ਼ਰੀ 'ਚ ਹੋਈ ਆ ਵੀਡੀਓ ਸਾਹਿਬ ਨੂੰ ਅਸੀਂ ਜੋ ਵੀ ਮਤੇ ਚਾਹੀਦੇ ਸੀ ਮਤਲਬ ਪਹਿਲੀ ਛਡਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਅਸੀਂ ਸਾਰਾ ਕੁਝ ਦੇ ਚੁੱਕੇ ਪਰ ਸਰਪੰਚ ਸਾਹਿਬ ਇੱਥੇ ਦੇਖਿਆ ਜਾਵੇ ਕਿ ਇਹਦਾ ਮਤਲਬ ਪੁਲਿਸ ਪ੍ਰਸ਼ਾਸਨ ਨਾਲੋਂ ਉਹ ਵੱਡੀ ਹੋ ਗਏ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਵੀ ਪੈਲੀ ਨਹੀਂ ਛੱਡਦੇ ਔਰ ਇੱਕ ਬੰਦੇ ਨੇ 5 ਲੱਖ ਰੁਪਏ ਜਮ੍ਹਾਂ ਵੀ ਕਰਵਾ ਦਿੱਤਾ ਔਰ ਬੋਲੀ ਵੀ ਉਹਦੇ ਨਾਂ ਤੇ ਟੁੱਟੀ ਆ ਔਰ ਤੁਸੀਂ ਤੁਹਾਡੀ ਵਾਈਫ ਜਿਹੜੀ ਮੌਜੂਦਾ ਸਰਪੰਚ ਆ ਫਿਰ ਵੀ ਇਹ ਐਡੀ ਧੱਕੇਸ਼ਾਹੀ ਜੇ ਇੱਕ ਮੌਜੂਦਾ ਸਰਪੰਚ ਨਾ ਹੋਊਗੀ ਤਾਂ ਫਿਰ ਆਮ ਬੰਦੇ ਨਾਲ ਕੀ ਹੋਊ ਜੀ ਨਹੀਂ ਅਸੀਂ ਜੀ ਪ੍ਰਸ਼ਾਸਨ ਨੂੰ ਸਾਰਾ ਕੁਝ ਲਿਖ ਕੇ ਦਿੱਤਾ ਸਾਨੂੰ ਮਦਦ ਦੇਣ ਤੇ ਅਸੀਂ ਨਾਲ ਉਦੋਂ ਤੁਰਦੇ ਸੀ ਪਰ ਨਹੀਂ ਹੋ ਨਹੀਂ ਸਕਿਆ ਪਰ ਪ੍ਰਸ਼ਾਸਨ ਦੇ 6 ਮਹੀਨੇ ਸੁੱਤਾ ਪਿਆ ਕੰਮ ਕਰਨ ਦੀ ਨਹੀਂ ਸੁੱਤਾ ਪਿਆ ਉਹ ਤੇ ਬੰਦਾ ਜਿੰਦਾ ਮੈਂ 5 ਲੱਖ ਰੁਪਿਆ ਵਿਆਜੀ ਚੱਕ ਕੇ ਦਿੱਤਾ ਉਹਦਾ ਮੈਂ ਵਿਆਜ ਭਰ ਰਿਹਾ ਉਹਦਾ ਪ੍ਰਸ਼ਾਸਨ ਵਿਆਜ ਦੇਊਗਾ ਉਹ ਸੁਸਾਈਡ ਕਰਨ ਨੂੰ ਤਿਆਰ ਹੈ ਜੀ ਫਾਹ ਲੈ ਲਓ ਇਹ ਹੁਣ ਅਸੀਂ ਵੀਡੀਓ ਸਾਹਿਬ ਨੇ ਗੱਲ ਕਰਾਂਗੇ ਜੀ ਜਦੋਂ ਵੀਡੀਓ ਅਮਰਜੀਤ ਸਿੰਘ ਦੀ ਹਾਂਜੀ ਇਹ ਤੁਹਾਡਾ ਜਿਹੜਾ ਪਿੰਡ ਹੈ ਆਪਣੇ ਕਪੂਰਥਲਾ ਤੇ ਪੈਂਦਾ ਕਿ ਇਹ ਢਿਲਵਾ ਬਲਾਕ ਪੈਂਦਾ ਕਪੂਰਥਲਾ ਕਪੂਰਥਲਾ ਬਲਾਕ ਜਦੋਂ ਇਹ ਪੰਚਾਇਤੀ ਬੋਲੀ ਹੋਈ ਹੈ ਉਸ ਵੇਲੇ ਕਿਹੜੀਆਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਸ਼ਰਤਾਂ ਇਹ ਹੈ ਵੀ ਇਹਨੂੰ ਛਡਾ ਕੇ ਦਿੱਤੀ ਜਾਏਗੀ ਗੱਜਣ ਸਿੰਘ ਨੂੰ ਨਿਸ਼ਾਨਦੇਹੀ ਕਰਾ ਕੇ ਨਿਸ਼ਾਨਦੇਹੀ ਕਰਾ ਕੇ ਛਡਾ ਕੇ ਦਿੱਤੀ ਜਾਊਗੀ ਜੋ ਪੰਚਾਇਤ ਵੱਲੋਂ ਬਣਦਾ ਸੀ ਮਤੇ ਉਸੇ ਟਾਈਮ ਦੇ ਦਿੱਤੇ ਵੀਡੀਓ ਪੰਚਾਇਤ ਦੇ ਕਬਜ਼ੇ 'ਚ ਹੁੰਦੀ ਹੈ ਜੀ ਸਾਲੋ ਸਾਲ ਬੋਲੀ ਹੁੰਦੀ ਹੈ ਸਾਲ ਸਾਲ ਬੋਲੀ ਹੁੰਦੀ ਹੈ ਸਟੈਂਡ ਦਾ ਮਤਲਬ ਇਹ ਆ ਵੀ ਜਦੋਂ ਬੋਲੀ ਹੋਈ ਆ ਉਦੋਂ ਉਹਨਾਂ ਦੇ ਕੋਲ ਨਹੀਂ ਸੀ ਇਹ ਨਹੀਂ ਉਹਨਾਂ ਵਾਲੀ ਉਹਨਾਂ ਕੋਈ ਨਾ ਨਹੀਂ ਉਹ ਉਦੋਂ ਕਿਸੇ ਦਾ ਪਹਿਲਾ ਪਟੇਦਾਰ ਉਹ ਸੀ ਨਾ ਤਾਂ ਦੇ ਜੀ ਆ ਨਾ ਸੋਸੀ ਜਿਹੜੀ ਕਹਾਣੀ ਹੈ ਜੀ ਦੱਸੋ ਜੀ ਪਹਿਲੇ ਤੇ ਉਹਦੇ ਬੀਜੇ ਦੀ ਪੰਚਾਇਤ ਵੱਲੋਂ ਆ ਜੀ ਕੋਈ ਇਹਨਾਂ ਨੇ ਲਿਆਂਦਾ ਦੱਸਿਆ ਇਸ਼ੂ ਜਿੱਥੇ 45 ਲੱਗੀ ਉੱਥੇ ਮੌਕੇ ਤੇ ਕਿਸੇ ਨੇ ਉਹ ਫਸਲ ਵੱਢੀ ਆ ਜੋ ਕੋ ਹਾਜ਼ਰ ਹੋਏ ਉੱਥੇ ਮੌਕੇ ਦੀ ਰਿਪੋਰਟ ਲੈ ਲੈਣੇ ਵੀਡੀਓ ਆਫਿਸ ਸੰਬੰਧਤ ਉਹਨਾਂ ਕੋਲ ਲੈਣ ਤੋਂ ਉਪਰੰਤ ਦੇਖ ਲੈਣੇ ਜੋ ਕਾਰਵਾਈ ਹੋਈ ਉਹ ਵੀ ਅਮਲ 'ਚ ਲਿਆਂਦੀ ਜਾਊਗੀ ਤਹਿਸੀਲਦਾਰ ਸਾਹਿਬ ਇੱਥੋਂ ਦਾ ਐਲੀਗੇਸ਼ਨ ਲੱਗ ਰਿਹਾ ਕਿ ਜਿਹੜਾ ਇੱਕ ਧਿਰ ਨੇ 5 ਲੱਖ ਦੀ ਬੋਲੀ ਦੇ ਕੇ ਇਹ ਹੁਣ ਸੰਬੰਧ ਮਹਿਕਮਾ ਦੱਸ ਸਕਦਾ ਬੋਲੀ ਸੰਬੰਧੀ ਜਿਹੜਾ ਮਹਿਕਮਾ ਸੰਬੰਧ ਤੋਂ ਮਹਿਕਮਾ ਦੱਸ ਸਕਦਾ ਕੀ ਜਿੱਦਾਂ ਕੀ ਤੁਹਾਡੀ ਨੌਲੇਜ ਵਿੱਚ ਸਾਡੇ ਨਹੀਂ ਉਹਦੇ ਕੋਈ ਸਮਾਂ ਵੀ ਤੈਅ ਕੀਤਾ ਗਿਆ ਵੀ ਮੀਟਿੰਗ ਵਗੈਰਾ ਦਾ ਮੀਟਿੰਗ ਐਸਡੀਐਮ ਸਾਹਿਬ ਦੇ ਡੀ ਸਾਹਿਬ ਦੇ ਧਿਆਨ 'ਚ ਲਿਆ ਦਿੰਦੇ ਜਾ ਕੇ ਹੁਣ ਇੱਥੋਂ ਅਤੇ ਮੀਟਿੰਗ ਲਈ ਉਹਨਾਂ ਨੂੰ ਲੈ ਕੇ ਸਮਾਂ ਇਹਨਾਂ ਨੂੰ ਪੰਚਾਇਤ ਨੂੰ ਦੇ ਦਿੰਦੇ ਇੱਕ ਵਾਰੀ ਮੌਕੇ ਦੀ ਰਿਪੋਰਟ ਵੀ ਆ ਜਾਂਦੀ ਹੈ ਮੌਕੇ ਦੀ ਰਿਪੋਰਟ ਮੁਤਾਬਕ ਪਤਾ ਲੱਗ ਜੂ ਕਿ ਦੂਜੀ ਧਿਰ ਤੇ ਕੋਈ ਕਾਰਵਾਈ ਹੋ ਰਹੀ ਪ੍ਰਸ਼ਾਸਨ ਜੇ ਸੰਬੰਧ ਜੇ ਮੌਕੇ ਦੇ ਕੋਈ ਕੰਮ ਉਦਾਂ ਦਾ ਹੋਇਆ ਤਾਂ ਕਾਰਵਾਈ ਤਾਂ ਅਮਲ 'ਚ ਲਿਆਂਦੀ ਜਾਊ ਜੋ ਮੌਕੇ ਦੀ ਰਿਪੋਰਟ